ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਮੈਂ ਡਾਕਟਰ ਰਮਨ ਚਾਵਲਾ ਹਾਂ। ਮੈਂ 20 ਸਾਲਾਂ ਤੋਂ ਹਾਰਟ ਸਪੈਸ਼ਲਿਸਟ ਦੇ ਜਲੰਧਰ ਵਿੱਚ ਪ੍ਰੈਕਟਿਸ ਕਰਨਾ ਪਿਆ ਹਾਂ। ਤੁਹਾਨੂੰ ਮੈਂ ਜੇ ਦੱਸਣ ਆਇਆ ਵਾਂ ਕਿ ਹਾਰਟ ਅਟੈਕ ਜਦੋਂ ਹੁੰਦਾ ਵੈ ਉਹਦੀ ਲਾਮਤਾਂ ਕੀ ਹੁੰਦੀਆਂ ਅਤੇ ਸਾਨੂੰ ਕਿਹੜਾ ਟੈਸਟ ਕਰਵਾਉਣਾ ਚਾਹੀਦਾ। ਸਭ ਨੇ ਸੁਣਿਆ ਹੁੰਦਾ ਹਾਰਟ ਅਟੈਕ ਬਾਰੇ। ਹਾਰਟ ਅਟੈਕ ਦਾ ਮਤਲਬ ਹੈ ਦਿਲ ਦੀ ਕੋਈ ਨਾ ਕੋਈ ਨਾੜੀ ਵਿੱਚ ਰੁਕਾਵਟ ਆਉਣੀ। ਜਦੋਂ ਦਿਲ ਨੂੰ ਖੁਰਾਕ ਵਾਸਤੇ ਖੂਨ ਨਹੀਂ ਮਿਲਦਾ ਅਸੀਂ ਉਹਨੂੰ ਹਾਰਟ ਅਟੈਕ ਕਹਿੰਦੇ ਹਾਂ, ਅਤੇ ਦਿਲ ਦੀ ਨਾੜੀ ਬੰਦ ਹੁੰਦੀ ਹੈ। ਜਦੋਂ ਦਿਲ ਦੀ ਨਾੜੀ ਬੰਦ ਹੁੰਦੀ ਹੈ ਉਹ ਕੀ ਕਰਦੀ ਹੈ, ਛਾਤੀ ਦੇ ਸੈਂਟਰ 'ਚ ਭਾਰਾਪਣ ਹੁੰਦਾ ਵੈ, ਘੁਟਣ ਹੁੰਦੀ ਵੈ, ਜਕੜਾਵ ਹੁੰਦਾ ਵੈ, ਸਾੜ ਪੈਂਦਾ ਵੈ। ਇਹੋ ਹੀ ਘੁਟਣ, ਜਕੜਾਵ, ਸਾੜ ਸੈਂਟਰ ਵਿੱਚ ਹੋਣ ਤੋਂ ਬਾਅਦ ਸਾਡੇ ਮੋਹਰਾਂ 'ਚ ਆ ਜਾਂਦਾ, ਸਾਡੇ ਬਾਹਾਂ 'ਚ ਆ ਜਾਂਦਾ, ਸਾਡਾ ਗਲਾ ਘੁੱਟ ਜਾਂਦਾ। ਜਿਹੜੀ ਦਰਦ ਦਿਲ ਦੇ ਉੱਪਰ ਹੁੰਦੀ ਆ ਉਹ ਦਰਦ ਦਿਲ ਦੀ ਨਹੀਂ ਹੁੰਦੀ, ਉਹ ਹਾਰਟ ਅਟੈਕ ਵਾਲੀ ਗੱਲ ਨਹੀਂ ਹੁੰਦੀ। ਜਿਹੜਾ ਬੰਦਾ ਕਿ ਆਹ ਦਰਦ ਹੁੰਦੀ ਆ ਉਹ ਦਰਦ ਦਿਲ ਦੀ ਨਹੀਂ ਹੁੰਦੀ, ਜੇ ਦਿਲ ਦੀ ਦਰਦ ਪੂਰੇ ਸਾਡੇ ਛਾਤੀ 'ਤੇ ਫੈਲਦੀ ਹੈ। ਹੁਣ ਪੰਗਾ ਇਸ ਗੱਲ ਦਾ ਵੈ, ਪ੍ਰੋਬਲਮ ਇਸ ਚੀਜ਼ ਦੀ ਹੈ, ਇਹ ਲਾਮਤਾਂ ਸਾਡੀਆਂ ਗੈਸ ਆਕਰ ਮਿਲਦੀਆਂ ਜੁਲਦੀਆਂ ਅਤੇ ਅਸੀਂ ਉਹਨੂੰ ਗੈਸ ਗੈਸ ਕਹਿ ਕੇ ਛੱਡੀ ਜਾਂਦੇ ਹਾਂ। ਜਦੋਂ ਗੈਸ ਕਹਿ ਕੇ ਛੱਡੀ ਜਾਂਦੇ ਹਾਂ ਸਾਡਾ ਦਿਲ 'ਤੇ ਡੈਮੇਜ ਹੋ ਜਾਂਦਾ। ਤੂੰ ਮੈਨੂੰ ਦੱਸਣ ਦਾ ਮਤਲਬ ਇਹ ਜੇ ਉਹ ਭੈਣ ਜੀ ਵੀਰ ਜੀ ਇਹਨੂੰ ਗੈਸ ਨਾ ਸਮਝੋ, ਇਹ ਜ਼ਰੂਰ ਚੈੱਕ ਕਰਵਾ ਲਓ ਕਿਤੇ ਹਾਰਟ ਅਟੈਕ ਤਾਂ ਨਹੀਂ। ਹਾਂ, ਨਾਲੇ ਇਹ ਨਾ ਸਮਝਣਾ ਕਿ ਮੈਨੂੰ ਤਾਂ ਕੁਛ ਹੋ ਹੀ ਨਹੀਂ ਸਕਦਾ, ਮੈਨੂੰ ਤਾਂ ਹਾਰਟ ਅਟੈਕ ਹੋ ਹੀ ਨਹੀਂ ਸਕਦਾ। ਤੁਹਾਨੂੰ ਕਿਉਂ ਨਹੀਂ ਹੋ ਸਕਦਾ? ਤੁਹਾਨੂੰ ਖਿਆਲ ਰੱਖੋਗੇ, ਪਰਹੇਜ਼ ਕਰੋਗੇ ਤਾਂ ਫਿਰ ਨਹੀਂ ਹੋਏਗਾ। ਲੇਕਿਨ ਅਗਰ ਹੋ ਗਿਆ ਵੈ ਤਾਂ 4-5 ਚੀਜ਼ਾਂ ਦੱਸਣ ਲੱਗਾ ਸਾਨੂੰ ਕਿਹੜੇ ਟੈਸਟ ਕਰਾਉਣੇ ਚਾਹੀਦੇ ਆ। ਪਹਿਲਾ ਟੈਸਟ ਹੈ ECG। ECG ਵਿੱਚ ਅਗਰ ਦਰਦ ਹੁੰਦੀ ਹੋਵੇ, ਅਗਰ ਅਸੀਂ ECG ਕਰਾਉਂਦੇ ਹਾਂ, 90% ਲੋਕਾਂ 'ਚ ਸਾਨੂੰ ਉੱਥੇ ਹੀ ਪਤਾ ਲੱਗ ਜਾਂਦਾ ਹੈ ਇੱਕ ਸਿੰਪਲ ECG ਤੋਂ ਕਿ ਸਾਨੂੰ ਦਿਲ ਦਾ ਅਟੈਕ ਹੈ ਜਾਂ ਨਹੀਂ। ਅਤੇ ਅਗਰ ਦਰਦ ਹੁੰਦੀ ਹੋਵੇ, ECG 'ਚ ਨੁਕਸ ਨਾ ਹੋਵੇ, ਫਿਰ ਆਮ ਤੌਰ 'ਤੇ ਦਿਲ ਦੀ ਤਕਲੀਫ ਦੀ ਪੋਸੀਬਿਲਿਟੀ ਘੱਟ ਹੋ ਜਾਂਦੀ ਹੈ। ਸੋ ਪਹਿਲੀ ਗੱਲ ਤਾਂ ਹੋ ਗਈ ECG। ਦੂਜੀ ਗੱਲ ਹੁੰਦੀ ਜੇ ਜਿਹੜਾ ਅਸੀਂ ਟੈਸਟ ਕਰਨੇ ਆ, ਜਿਹਨੂੰ ਅਸੀਂ ਕਹਿੰਦੇ ਹਾਂ TMT, ਜਿਹਦਾ ਮਤਲਬ ਪਤਾ ਕੀ ਹੁੰਦਾ, ਅਸੀਂ ਮਰੀਜ਼ ਨੂੰ ਪਟੇ 'ਤੇ ਤੇਜ਼ ਤੇਜ਼ ਚਲਾਉਂਦੇ ਹਾਂ, ਚਲਾਉਂਦੇ ਨਾਲ ਨਾਲ ਅਸੀਂ ECG ਰਿਕਾਰਡ ਕਰੀ ਜਾਂਦੇ ਹਾਂ। ਜਦੋਂ ਚੱਲਦਾ ECG ਰਿਕਾਰਡ ਹੁੰਦੀ ਹੈ, ਸਾਨੂੰ ECG ਨੁਕਸ ਪਤਾ ਲੱਗ ਜਾਂਦਾ, ਭਾਵੇਂ ਮਰੀਜ਼ ਨੂੰ ਜਾਂ ਉਸ ਇਨਸਾਨ ਨੂੰ ਛਾਤੀ 'ਚ ਭਾਰਾਪਣ ਨਾ ਹੋਵੇ। ਸਾਡਾ ਤੀਜਾ ਟੈਸਟ ਹੁੰਦਾ ਜੇ ਦਿਲ ਦੀ ਕਲਰ ਸਕੈਨਿੰਗ, ਜਿਹਨੂੰ ਅਸੀਂ ਕਹਿੰਦੇ ਹਾਂ ECOCARDIOGRAPHY। ਜਦੋਂ ਅਸੀਂ ਦਿਲ ਦੀ ਸਕੈਨਿੰਗ ਕਰਦੇ ਹਾਂ, ਸਾਨੂੰ ਦਿਲ ਦਾ ਸਾਈਜ਼ ਪਤਾ ਲੱਗ ਜਾਂਦਾ ਜੇ, ਦਿਲ ਦੇ ਖਾਨੇ ਪਤਾ ਲੱਗ ਜਾਂਦੇ ਜੇ, ਦਿਲ ਦੇ ਵੈਲ ਪਤਾ ਲੱਗ ਜਾਂਦੇ ਜੇ, ਸਾਨੂੰ ਦਿਲ ਦੀ ਤਾਕਤ ਪਤਾ ਲੱਗ ਜਾਂਦੀ ਹੈ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਹਾਰਟ ਅਟੈਕ ਹੋਇਆ ਕਿ ਨਹੀਂ ਹੋਇਆ। ਲੇਕਿਨ ਇੱਕ ਟੈਸਟ ਐਸਾ ਵੈ ਜਿਹੜਾ ਸਾਨੂੰ 100% ਦੱਸ ਸਕਦਾ ਕਿ ਸਾਨੂੰ ਜਿਹੜਾ ਤਕਲੀਫ ਹੋਈ ਹੈ ਦਿਲ ਦੀ ਹੈ ਜਾਂ ਨਹੀਂ। ਅਸੀਂ ਉਹ ਟੈਸਟ ਨੂੰ ਐਂਜੀਓਗ੍ਰਾਫੀ ਜਾਂ ਤਾਰ ਜਾਂਚ ਕਹਿੰਦੇ ਹਾਂ। ਨਾ 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 ਨਾ, ਇਹ ਓਪਰੇਸ਼ਨ ਨਹੀਂ ਹੈ, ਇਹਦੀ ਕੋਈ ਓਪਰੇਸ਼ਨ ਹੋਣਾ ਕੁਛ, ਇਹ ਤਾਂ ਛੋਟਾ ਜਿਹਾ ਇੱਕ ਟੈਸਟ ਹੈ। ਅਸੀਂ ਦਿਲ ਦੀ ਨਾੜੀ ਵਿੱਚ ਦਵਾਈ ਛੱਡਦੇ ਹਾਂ, ਦਵਾਈ ਦਿਲ ਦੀ ਨਾੜੀ ਜਾਂਦੀ ਹੈ, ਜਿੱਥੇ ਦਵਾਈ ਨਹੀਂ ਪਹੁੰਚਦੀ ਨਾੜੀ ਬੰਦ ਹੈ ਤਾਂ ਹੀ ਨਹੀਂ ਪਹੁੰਚੀ। ਇਹਦਾ ਮਤਲਬ ਹੈ ਦਿਲ ਦੀ ਜਦੋਂ ਅਸੀਂ ਨਾੜੀ ਚੈੱਕ ਕਰਦੇ ਹਾਂ ਅਸੀਂ ਉਹਨੂੰ ਐਂਜੀਓਗ੍ਰਾਫੀ ਕਹਿੰਦੇ ਹਾਂ। ਅਸੀਂ ਦਿਲ ਦੀਆਂ ਤਿੰਨੋਂ ਨਾੜੀਆਂ ਅਸੀਂ ਦੇਖ ਲੈਂਦੇ ਹਾਂ ਕਿ ਨਾੜੀ ਵਿੱਚ ਰੁਕਾਵਟ ਹੈ ਜਾਂ ਨਹੀਂ। ਇਹ ਅਸੀਂ ਬੇਹੋਸ਼ ਨਹੀਂ ਕਰਦੇ, ਕੋਈ ਕੱਟ ਵੜ ਨਹੀਂ ਕਰਦੇ, ਪਹਿਲੇ ਨਾੜੀ ਟੈਸਟ ਕਰਦੇ ਸੀ ਜਾਨ ਤੋਂ, ਜਿਸ ਕਰਕੇ ਮਰੀਜ਼ ਨੂੰ ਲੇਟਣਾ ਪੈਂਦਾ ਸੀ, 6-6, 8-8 ਘੰਟੇ ਲੇਟਣਾ ਪੈਂਦਾ ਸੀ, ਅਸੀਂ ਅਗਲੇ ਦਿਨ ਘਰ ਭੇਜਦੇ ਸੀ। ਲੇਕਿਨ ਜਿਹੜਾ ਹੁਣ ਟੈਸਟ ਕਰਦੇ ਹਾਂ, ਅਸੀਂ ਬਾਂਹ ਵਿੱਚੋਂ ਕਰਦੇ ਹਾਂ, ਇਹਦੇ ਨਾਲ ਪੇਸ਼ੈਂਟ ਨੂੰ ਲੇਟਣਾ ਨਹੀਂ ਪੈਂਦਾ, ਅਸੀਂ ਉਸੇ ਪੇਸ਼ੈਂਟ ਨੂੰ 4 ਘੰਟੇ 2 ਘੰਟੇ 'ਚ ਅਸੀਂ ਘਰ ਭੇਜ ਸਕਦੇ ਹਾਂ। ਮਰੀਜ਼ ਨੂੰ CD ਨਾਲ ਮਿਲ ਜਾਂਦੀ ਹੈ, ਰਿਕਾਰਡ ਪਤਾ ਲੱਗ ਜਾਂਦਾ ਕਿ ਨਾੜੀ ਬੰਦ ਹੈ ਜਾਂ ਨਹੀਂ, ਅਤੇ ਸਾਨੂੰ ਇਹ ਜੜ ਪਤਾ ਲੱਗ ਜਾਂਦੀ ਹੈ ਕਿ ਦਿਲ ਦੀ ਛਾਤੀ ਭਾਰਾਪਣ ਹੋਇਆ ਸੀ, ਦਿਲ ਦੀ ਤਕਲੀਫ ਹੈ ਜਾਂ ਕਿ ਨਹੀਂ। ਸੋ ਪਹਿਲਾ ਟੈਸਟ ਹੋ ਗਿਆ ECG, ਦੂਜਾ ਟੈਸਟ ਹੋ ਗਿਆ TMT, ਤੀਜਾ ਟੈਸਟ ਹੋ ਗਿਆ ECO, ਚੌਥਾ ਟੈਸਟ ਹੋ ਗਿਆ ਐਂਜੀਓਗ੍ਰਾਫੀ। ਸਭ ਤੋਂ ਜ਼ਰੂਰੀ ਟੈਸਟ ਤੁਹਾਨੂੰ ਪਤਾ ਹੋਵੇ ਕਿ ਛਾਤੀ ਭਾਰਾਪਣ ਜਿਹੜਾ ਹੈਗਾ ਦਿਲ ਦੀ ਤਕਲੀਫ ਹੋ ਸਕਦੀ ਹੈ। ਤੋ ਅਗਰ ਇਹ ਚੀਜ਼ ਹੋਵੇ ਆਪਣਾ ਟੂ ਟੈਸਟ ਕਰਾ ਕੇ ਗੱਲ ਨੂੰ ਕਨਫਰਮ ਕਰ ਸਕਦੇ ਹੋ। ਤੋ ਉਮੀਦ ਕਰਨਾ ਵਾ ਇਹਨੂੰ ਗੈਸ ਨਹੀਂ ਸਮਝੋਗੇ, ਅਗਰ ਲੋੜ ਪਵੇਗੀ ਤਾਂ ਆਪਣਾ ਟੈਸਟ ਕਰਾ ਕੇ ਦੇਖੋਗੇ ਕਿ ਦਿਲ ਦੀ ਤਕਲੀਫ ਹੈ ਜਾਂ ਨਹੀਂ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ।